ਮੋਗਾ ਲੁਧਿਆਣਾ ਰੋਡ ਤੇ ਬੁੱਗੀਪੁਰਾ ਫਲਾਈਓਵਰ ਤੇ ਅੱਜ ਕਰੀਬ 4 ਵਜੇ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਜਦੋਂ ਇੱਕ ਅਲਟੋ ਕਾਰ ਜੋ ਕਿ ਬਹੁਤ ਤੇਜ਼ ਰਫ਼ਤਾਰ ਨਾਲ ਲੁਧਿਆਣਾ ਤੋਂ ਆ ਰਹੀ ਸੀ ਅੱਗੇ ਜਾ ਰਹੇ ਰੇਤ ਦੇ ਟਰਾਲੇ ਨਾਲ ਪਿੱਛੇ ਟਕਰਾ ਗਈ ਅਤੇ ਕਾਰ ਵਿੱਚ ਸਵਾਰ 5 ਲੋਕ ਅਤੇ ਇੱਕ ਬੱਚਾ ਸਵਾਰ ਸੀ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਪੁਲਿਸ ਨੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਟਰਾਲੇ ਦਾ ਡਰਾਈਵਰ ਫਰਾਰ ਹੈ ਚੌਂਕ ਦੇ ਉੱਪਰ ਸਾਨੂੰ ਐਮਰਜੈਂਸੀ ਕਾਲ ਆਈ ਸੀ ਅਤੇ ਜਦੋਂ ਆ ਕੇ ਦੇਖਿਆ ਕਿ ਦੂਰੇ ਦਾ ਟਰੈਕਟਰ ਖੜਾ ਵਾ ਰੇਤ ਵਾਲਾ ਉਹਨੇ ਆ ਜਿਹੜੀ ਪੌਲਸੀ ਮਤਲਬ ਕਿ ਬੰਨੀ ਆ ਥੋੜ੍ਹੀ ਜਿਹੀ ਉੱਪਰ ਨੀਚੇ ਹੈਗੀ ਆ ਉਹਨੇ ਸਲੋਅ ਕੀਤਾ ਅਤੇ ਪਿੱਛੋਂ ਕਾਰ ਤੇਜ਼ ਸੀਗੀ ਅਤੇ ਸਿੱਧੀ ਜਾ ਕੇ ਥੱਲੇ ਵੜ ਗਈ ਕਿੰਨੇ ਮੈਂਬਰ ਸੀ ਕਰੀਬ 6 ਕੁ ਮੈਂਬਰ ਆ ਜੀ ਇਹਨਾਂ ਦੇ ਇੱਕ ਜਿਹੜਾ ਬੱਚਾ ਵਾ ਉਹ ਬਹੁਤ ਜ਼ਿਆਦਾ ਸੀਰੀਅਸ ਆ ਸ਼ਾਇਦ ਹੋ ਸਕਦਾ ਵੀ ਡੈਥ ਵੀ ਕਿੱਥੇ ਕਰਵਾਇਆ ਐਡਮਿਟ ਉਮਰ ਉਮਰ ਕਿੰਨੀ ਸੀ ਉਮਰ ਕਰੀਬ 20-25 ਦੇ ਕਰੀਬ ਆ ਜੀ ਕਿੰਨੇ ਜਾਣੇ ਸੀ ਟੋਟਲ 6 ਜਾਣੇ ਸੀਗੇ 6 ਜਾਣੇ ਸੀ ਇਹ ਕਿੱਥੇ ਐਡਮਿਟ ਕਿੱਥੇ ਕਰਵਾਇਆ ਇਹ ਮੈਡੀਸਿਟੀ 'ਚ ਹੋ ਗਏ ਜੀ ਸਾਡੇ ਤੋਂ ਪਹਿਲਾਂ ਵੀ ਗੱਡੀ ਮੈਡੀਸਿਟੀ ਦੀ ਆਈ ਸੀ ਕਿਸੇ ਨੇ ਕਾਲ ਕੀਤੀ ਅਤੇ ਦੋ ਕੁਛ ਜਿਹੜੇ ਮਰੀਜ਼ ਸੀ ਉਹ ਪਹਿਲਾਂ ਮੈਡੀਸਿਟੀ 'ਚ ਲੈ ਗਏ ਅਤੇ ਨਹੀਂ ਅਸੀਂ ਸਰਕਾਰੀ ਸਿਵਲ ਹਸਪਤਾਲ ਹੀ ਮੋਗੇ ਦੇ ਵਿੱਚ ਅਸੀਂ ਪਹਿਲਾਂ ਰੈਫਰ ਕਰਦੇ ਹਾਂ ਕਿਉਂਕਿ ਜੋ ਬਾਕੀ ਪਰਿਵਾਰ ਦੇ ਜੀ ਸੀਗੇ ਇਸ ਕਰਕੇ ਸਾਨੂੰ ਵੀ ਮੈਡੀਸਿਟੀ ਅੱਜ ਜਾਣਾ ਪਿਆ ਪਤਾ ਲੱਗਿਆ ਪਰਿਵਾਰ ਕਹਿੰਦਾ ਵੀ ਮੈਡੀਸਿਟੀ ਜਾ ਕਿੱਥੋਂ ਦੇ ਸੀ ਇਹ ਰਾਤੀਆਂ ਦੇ ਸੀ ਕਿੱਥੋਂ ਆ ਰਹੇ ਸੀਗੇ ਜੀ ਇਹਨਾਂ ਦਾ ਜੀ ਪਤਾ ਨਹੀਂ ਲੱਗਾ ਕਿਉਂਕਿ ਸੀਰੀਅਸ ਸੀਗੇ ਸਾਰੇ ਕੋਈ ਗੱਲ ਲੇਡੀਜ਼ ਕਿੰਨੀਆਂ ਪੁਰਸ਼ ਕਿੰਨੇ ਜੀ ਵਿੱਚ ਦੋ ਲੇਡੀਜ਼ ਆ ਤਿੰਨ ਲੇਡੀਜ਼ ਸੀਗੀਆਂ ਜੀ ਤੇ ਤਿੰਨ ਦੋ ਬੱਚੇ ਸੀਗੇ ਤੇ ਇੱਕ ਥੋੜਾ ਜਿਹਾ ਤਕਰੀਬਨ 30-35 ਸਾਲ ਦਾ ਸੀ ਲੰਘੇ ਜਾ ਰਹੇ ਜੀ ਇਹ ਬਾਬਾ ਮਿੱਟੀ ਉੱਡੀ ਕਰਦਾ ਜਾ ਜਦੋਂ ਮੈਂ ਦੇਖਿਆ ਜੀ ਉਹ ਟਰੈਕਟਰ ਜਾਂਦਾ ਸੀ ਮੂਰੇ ਉਹਨੂੰ ਤਾਂ ਪਤਾ ਨਹੀਂ ਲੱਗਿਆ ਵੈਸੇ ਪਿੱਛੋਂ ਵੱਜੀ ਆ ਤੇਜ਼ ਵਾਲੀ ਸੀ ਕੋਈ ਨੁਕਸਾਨ ਹੋਇਆ ਇੱਥੇ ਨੁਕਸਾਨ ਜੀ 6-7 ਜਾਣੇ ਸਾਰਿਆਂ ਦੇ ਸੱਟਾਂ ਤੇ ਕੋਈ ਦਿੱਤਾ ਨਹੀਂ ਹੋਈ ਕਿਸੇ ਦੀ ਉਹ ਨਹੀਂ ਪਤਾ ਜੀ ਉਹ ਲੈ ਗਏ ਜੱਟ ਆਟੋ ਕਾਰ ਹੈ ਜੀ ਟਰੈਕਟਰ ਜਾ ਰਿਹਾ ਸੀ ਅੱਗੇ ਟਰੈਕਟਰ ਦੇ ਪਿੱਛੋਂ ਟਰੈਕਟਰ ਦੇ ਜਿਹੜੀ ਆਟੋ ਕਾਰ ਹੈ ਵਿੱਚ ਵੱਜੀ ਹੈ ਇਹਦੇ ਵਿੱਚ 5-6 ਸਵਾਰੀਆਂ ਸੀ ਇੱਕ ਬੱਚਾ ਵੀ ਸਵਾਰ ਸੀਗਾ ਮਗਰੋਂ ਵੱਜਣ ਦੇ ਨਾਲ ਜਿਹੜਾ ਕਾਰ ਦਾ ਨੁਕਸਾਨ ਹੋ ਗਿਆ ਅਤੇ ਉਹਨਾਂ ਜਿਹੜੇ ਦਾਖਲ ਕਾਰ ਦੇ ਵਿੱਚ ਸਵਾਰੀਆਂ ਸੀ ਉਹ ਵੀ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਹੈ ਸੱਟਾਂ ਲੱਗੀਆਂ ਜੀ ਜਿਹੜਾ ਟਰੈਕਟਰ ਹੈ ਟਰੈਕਟਰ ਚਲ ਕੇ ਟਰੈਕਟਰ ਛੱਡ ਕੇ ਫਰਾਰ ਹੋ ਗਿਆ ਟਰੈਕਟਰ ਅਸੀਂ ਜਿਹੜਾ ਚੌਂਕੀ ਲੈ ਗਏ ਹਾਂ ਅਤੇ ਅਸੀਂ ਉਹ ਟਰੈਕਟਰ ਚਲ ਕੇ ਪੜਤਾਲ ਕਰਕੇ ਮੈਨੂੰ ਇਹ ਕਾਰ ਹੀ ਬੰਦ ਜੇ ਕੁਛ ਪਤਾ ਲੱਗਿਆ ਵੀ ਕਿੱਧਰੋਂ ਆ ਰਹੇ ਸੀ ਜਾਂ ਕਿੱਧਰੋਂ ਡਾਇਰੈਕਸ਼ਨ ਹੈ ਜੀ ਇਹ ਤੋਂ ਲੁਧਿਆਣੇ ਸਾਈਡ ਤੋਂ ਆ ਰਹੇ ਸੀਗੇ ਕਾਰ ਹੈ ਜਿਹੜੀ ਲੁਧਿਆਣੇ ਸਾਈਡ ਤੋਂ ਆ ਰਹੀ ਸੀ ਟਰੱਕ ਵੀ ਟਰੈਕਟਰ ਵੀ ਜਿਹੜਾ ਸੋਰੀ ਇਹ ਤੋਂ ਜ਼ਿਆਦਾ ਸੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ